ਤੁਸੀਂ ਬਾਦਲ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਜਦੋਂ ਇਹਨਾਂ ਨੇ ਸਾਰੀਆਂ ਤਾਕਤਾਂ ਨੇ ਦੇਖ ਲਿਆ ਕਿ ਲਗਾਤਾਰ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਬਣ ਰਹੇ ਹੈ, ਇੰਨੇ ਤਾਂ ਫਿਰ ਤੋਂ ਸਰਕਾਰ ਆ ਜਾਣੀ ਹੈ, ਤੇ ਫਿਰ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ, ਇਲਾਮ ਲਾ ਤਾ, ਬੇਅਦਬੀ ਕਰਾਤੀ। ਜਾਂ ਗੁਰੂ ਦੀ ਸੇਵਾ ਕਰਨ ਵਾਲੀ ਪਾਰਟੀ, ਗੁਰੂ ਦਾ ਭਾਣਾ, ਗੁਰੂ ਦੇ ਘਰੇ ਹਰ ਰੋਜ਼ ਮੱਥਾ ਟੇਕਣ ਵਾਲੀ ਪਾਰਟੀ, ਵਰਕਰ, ਕੀ ਉਹ ਬੇਅਦਬੀ ਕਰਾਉਣਗੇ? ਝੂਠ ਬੋਲ ਪਏ ਕਿ ਕਹਿੰਦੇ ਕੌਣ ਸੀ ਕਾਂਗਰਸੀ, ਕਹਿੰਦੇ ਕੌਣ ਸੀ ਇਹ ਦਾਦੂਵਾਲ ਵਰਗੇ, ਜਿਹੜੇ ਸਭ ਤੋਂ ਵੱਡੇ ਦੋਸ਼ੀ ਆਪਣੇ ਪੰਥ ਦੇ, ਜਿਹੜੇ ਕੌਮ ਦੇ ਗੱਦਾਰ ਹੈ। ਮਤਲਬ ਇਹ ਕਿਸੇ ਕੌਮ ਨੂੰ ਬਦਨਾਮ ਕਰ ਦਿਓ, ਪਾਰਟੀ ਸਿੱਖ ਪੰਥ ਦੀ ਪਾਰਟੀ ਨੂੰ ਬਦਨਾਮ ਕਰ ਦਿਓ ਤੇ ਆਪਾਂ ਗੱਲਾਂ 'ਚ ਆ ਗਏ, ਹਲੇ ਵੀ ਨਹੀਂ ਹਟਦੇ। ਤੁਸੀਂ ਦੇਖ ਲਓ, ਬੇਅਦਬੀ ਪੁਲਿਸ SIT ਬਣਾ ਦਿੱਤੀ ਪੰਜਾਬ ਸਰਕਾਰ ਨੇ, ਪੁਲਿਸ SIT ਨੇ ਚਲਾਨ ਪੇਸ਼ ਕਰਤਾ, ਹੁਣ ਤਾਂ ਕੇਸ ਖਤਮ ਹੋ ਗਿਆ, ਚਲਾਨ ਪੇਸ਼ ਹੋ ਗਿਆ। ਮੈਂ ਹੁਣ ਪੁੱਛਣਾ ਚਾਹੁੰਦਾ, ਉਸ ਚਲਾਨ 'ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਪੇਸ਼ ਕੀਤਾ ਚਲਾਨ ਲਿਆ ਕੇ, ਕੀ ਆ ਜੀ ਬੇਅਦਬੀ ਮਾਮਲਾ ਜੀ ਮੁਕੰਮਲ ਕਰ ਲਿਆ, ਚਲਾਨ ਪੇਸ਼ ਕਰਤਾ। ਚਲਾਨ 'ਚ ਮੈਨੂੰ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੱਸੇ ਤੇ ਕਾਂਗਰਸ ਦੱਸੇ, ਕਿਸ ਅਕਾਲੀ ਵਰਕਰ ਦਾ ਤੇ ਲੀਡਰ ਦਾ ਨਾਂ ਉਹਦੇ 'ਚ ਹੈਗਾ? ਤੁਹਾਡਾ ਝੂਠ ਸਾਹਮਣੇ ਆ ਗਿਆ ਯਾਰ। ਤੁਸੀਂ ਬਾਦਲ ਪਿੰਡ ਆ ਜਾਓ, ਹਰ ਰੋਜ਼ ਗੁਰੂ ਘਰ ਉੱਥੇ ਸੇਵਾ ਕਰੀਦੀ ਹੈ, ਪਾਠ ਕਰੀਦਾ, ਰੋਜ਼ ਸਾਡੇ ਪਾਠ ਹੁੰਦੇ ਆ। ਤੁਹਾਡੇ ਘਰਾਂ ਚਲੇ ਜਾਓ, ਆਪਾਂ ਪਾਠ ਕਰਦੇ ਹਾਂ, ਆਪਾਂ ਜਿੰਨਾ ਸੇਵਾ ਸੰਭਾਲ ਗੁਰੂ ਘਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਅਤੇ SGPC ਕਰਦੀ ਹੈ, ਅਤੇ ਹੁਣ SGPC ਨੂੰ ਖਤਮ ਕਰਨ 'ਤੇ ਲੱਗੇ ਹੈ। ਇਹਨਾਂ ਨੇ ਦੇਖ ਲਿਆ ਸੈਂਟਰ ਦੀ ਸਰਕਾਰਾਂ ਨੇ ਕਿ ਸਿੱਖ ਪੰਥ ਦੀ ਤਾਕਤ, ਸਿੱਖ ਕੌਮ ਦਾ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਿੱਖ ਕੌਮ ਦੀ ਤਾਕਤ ਕਿ ਆਪਾਂ ਇੱਕ ਇੰਸਟੀਟਿਊਸ਼ਨ ਥੱਲੇ ਇਕੱਠੇ ਹੈ, ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਇਕੱਠੇ ਹੈ। ਤਾਂ ਉਹਨਾਂ ਨੇ ਸੋਚ ਲਾ ਕੀਤਾ ਕਿ ਅਸੀਂ ਹੁਣ ਆਪਾਂ ਇਹਨੂੰ ਕਮਜ਼ੋਰ ਕਰੀਏ। ਦਿੱਲੀ ਵਿੱਚ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅੱਜ ਸਿੱਖ ਪੰਥ ਦੇ ਕੰਟਰੋਲ 'ਚ ਨਹੀਂ ਹੈ, ਅੱਜ RSS ਤੇ BJP ਦੀ ਸਰਕਾਰ ਦੇ ਥੱਲੇ ਕੰਟਰੋਲ 'ਚ ਹੈ, ਉਹ ਚਲਾ ਰਹੇ ਹੈ। ਹਰਿਆਣਾ ਵਿੱਚ ਕਮੇਟੀ ਬਣਾਈ, ਹੁਣੀ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ, ਉਹ ਸਿੱਖ ਪੰਥ ਰਾਹੀਂ ਚੁੰਦੇ ਸੀ ਨੁਮਾਉਂਦੇ, ਉਹਨਾਂ ਨੇ ਵੋਟਾਂ ਦਾ ਸਿਸਟਮ ਖਤਮ ਕਰ ਦਿੱਤਾ, ਕਮੇਟੀ ਅਲੱਗ ਬਣਾ ਦਿੱਤੀ, ਚੀਫ ਮਿਨਿਸਟਰ ਹਰਿਆਣੇ ਨੇ ਬਣਾਈ, ਆਪਣੇ ਘਰੇ ਬਹਿ ਕੇ ਬਣਾਈ, ਜਿਵੇਂ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ, ਸਾਰੇ RSS ਦੇ ਮੈਂਬਰ ਬਣਾ ਕੇ ਪਾ ਕੇ ਆਪਣੇ ਬਣਾਏ।